ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ, ਸਾਰੇ ਵਿਊਵਰਸ ਨੂੰ ਨਮਸਕਾਰ। ਅਤੇ ਅੱਜ ਜੇਠਾ ਐਤਵਾਰ, ਜੇਠਾ ਐਤਵਾਰ ਮਤਲਬ ਬਾਬਾ ਜੀ ਦਾ ਵਾਰ ਅਤੇ ਬਾਬਾ ਬਾਲਕ ਨਾਥ ਜੀ ਪੌਣਾਹਾਰੀ ਜੀ ਦਾ ਵਾਰ। ਅਤੇ ਅੱਜ ਅਸੀਂ ਉਹਨਾਂ ਲਈ ਪ੍ਰਸ਼ਾਦ ਬਣਾਉਣਾ, ਰੋਟ ਪ੍ਰਸ਼ਾਦ, ਖੀਰ ਪ੍ਰਸ਼ਾਦ ਅਤੇ ਕੜਾਹ ਪ੍ਰਸ਼ਾਦ। ਅਤੇ ਮੇਰੀ ਡਿਊਟੀ ਲੱਗੀ ਹੈ ਰੋਟ ਪ੍ਰਸ਼ਾਦ ਬਣਾਉਣ 'ਤੇ, ਮੰਮੀ ਬਣਾਉਣਗੇ ਕੜਾਹ ਪ੍ਰਸ਼ਾਦ ਅਤੇ ਆਂਟੀ ਬਣਾਉਣਗੇ ਖੀਰ ਪ੍ਰਸ਼ਾਦ। ਅਤੇ ਆਓ ਮਿਲ ਕੇ ਬਣਾਉਂਦੇ ਹਾਂ ਰੋਟ ਪ੍ਰਸ਼ਾਦ। ਲਓ ਜੀ, ਰੋਟ ਪ੍ਰਸ਼ਾਦ ਲਈ ਆਪਾਂ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ। ਦੋਸਤੋ, ਆਟਾ ਗੁੰਨ ਲਿਆ, ਆਟਾ ਗੁੰਨ ਕੇ ਘਿਓ ਸੌਂਫ ਸਾਰਾ ਕੁਛ ਵਿੱਚ ਰਲਾ ਕੇ ਉਸ ਤੋਂ ਬਾਅਦ ਹੁਣ ਆਪਾਂ ਉਹਦੇ ਪੇੜੇ ਕਰ ਲਏ ਆ। ਦੇਖੋ ਤੁਹਾਡੇ ਸਾਹਮਣੇ ਪੇੜੇ ਰੈਡੀ ਆ। ਅਤੇ ਇਸ ਤੋਂ ਬਾਅਦ ਇਹਨੂੰ ਆਪਾਂ ਵੇਲਣਾ, ਵੇਲ ਕੇ ਬਾਬਾ ਜੀ ਦਾ ਪ੍ਰਸ਼ਾਦ ਦੇਸੀ ਘਿਓ ਦੇ ਵਿੱਚ ਕੱਢਣਾ। ਅਤੇ ਆ ਜਾਓ ਸਾਡਾ ਕੜਾਹ ਪ੍ਰਸ਼ਾਦ ਰੈਡੀ ਹੋਣ ਲੱਗ ਪਿਆ ਜੀ। ਹੈਲੋ, ਇਹ ਸਾਡੇ ਮਾਤਾ ਸ਼੍ਰੀ ਬਣਾ ਰਹੇ ਆ ਕੜਾਹ ਪ੍ਰਸ਼ਾਦ। ਇਹਨਾਂ ਦੀ ਡਿਊਟੀ ਕੜਾਹ ਪ੍ਰਸ਼ਾਦ 'ਤੇ ਹੁੰਦੀ ਆ। ਮੈਂ ਰੋਟ ਬਣਾ ਕੇ ਫ੍ਰੀ ਹੋ ਗਿਆ ਜੀ। ਸਾਡਾ ਰੋਟ ਪ੍ਰਸ਼ਾਦ ਰੈਡੀ ਆ, ਉਹ ਇਧਰਲੀ ਸਾਈਡ ਆ, ਤੁਹਾਨੂੰ ਦਿਖਾਈਏ। ਲਓ ਜੀ, ਸਾਡਾ ਰੋਟ ਪ੍ਰਸ਼ਾਦ ਰੈਡੀ ਹੋ ਗਿਆ। ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਅਤੇ ਖੀਰ ਦੂਸਰੇ ਘਰ ਬਣਦੀ ਪਈ ਆ, ਬੜੀ ਚਾਚੀ ਕੇ ਘਰ। ਹਾਂਜੀ ਦੋਸਤੋ, ਅਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਦੂਸਰੇ ਘਰ, ਅਤੇ ਉੱਥੇ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਖੀਰ ਪ੍ਰਸ਼ਾਦ ਬਣਾ ਰਹੇ ਹਾਂ।
ਇਹ ਸਾਡਾ ਪੁਰਾਣਾ ਘਰ ਆ ਜੀ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਖੀਰ ਪ੍ਰਸ਼ਾਦ ਬਣ ਗਿਆ ਜੀ। ਬਣ ਗਿਆ, ਕਦੋਂ ਬਣਾਇਆ? ਹੁਣੇ ਬਣਾ ਖੇੜੇ। ਲਓ ਜੀ, ਲਓ ਜੀ, ਖੀਰ ਪ੍ਰਸ਼ਾਦ ਵੀ ਬਿਲਕੁਲ ਰੈਡੀ ਹੈ। ਕਲਾਧਾਰੀ ਹਰੇ
ਗਨ ਰੂਦਰਾਕਸ਼ੀ ਮਾਲਾ।